ਸਮਝੋ ਆਖਰੀ ਆਈਟਮ ਹੈ ਨਾ ਜਿਹੜਾ ਅੱਜ ਅਸਾਂ ਗਿਨਣ ਵੇਂਦੇ ਪਏ ਹਾਂ। ਫਾਈਨਲ ਡਿਜ਼ਾਈਨ ਨਹੀਂ, ਇਹਦੇ ਵਿੱਚ ਥੋੜ੍ਹੀ ਬਹੁਤ ਤਬਦੀਲੀ ਥੀ ਸੀ ਅਤੇ ਬਿੱਲ ਰਾਊਂਡ ਅਬਾਊਟ 3 ਲੱਖ ਦੇ ਹੈ। ਕਿਆ ਟਾਈਮ ਸੀ ਗਿਆ? ਟਾਈਮ ਸੀ ਗਿਆ ਤਕਰੀਬਨ 11 ਦਾ। ਮੈਂ ਆਇਆ ਵਧਾਮੀ ਦੁਕਾਨ ਤੇ, ਮੈਂ ਹੁਣ ਨਿਕਲਦਾ ਪਿਆ ਘਰ। ਕਿਆ ਮੈਂ ਮਾਰੀ ਵੰਜਾ ਨਾ, 3 ਜਣਾ ਦੁਕਾਨ ਬੰਦ ਰਖਾ ਯਾਰ। ਤੂੰ ਮਾਰ ਵੰਜਾ, ਸਭ ਕਾਰੋਬਾਰ ਠੱਪ ਕਰ ਦੇ ਸੀ, ਤੂੰ ਟੈਨਸ਼ਨ ਹੀ ਨਾ ਖੈ। ਅੱਛਾ ਹਾਂ, ਅਸਲਾਮੁ ਅਲੈਕੁਮ, ਮੈਂ ਖੁਬੈਬ ਰਹਿਮਾਨ, ਤੁਸੀਂ ਦੇਖਦੇ ਪਏ ਹੋ ਮੇਰਾ ਯੂਟਿਊਬ ਚੈਨਲ ਖੂਬੀ ਮਲਾਣਾ। ਜਿਵੇਂ ਕਿ ਤੁਹਾਨੂੰ ਸਾਰਿਆਂ ਕੋਲ ਪਤਾ ਹੈ ਕਿ ਸ਼ਾਦੀ ਦੀਆਂ ਤਿਆਰੀਆਂ ਅਰੂਜ 'ਤੇ ਹਨ। ਅੱਜ ਜਿਹੜਾ ਮੋਟਾ ਮੋਟਾ ਸਮਾਨ ਹੈ ਨਾ, ਉਹਦੇ ਵਿੱਚੋਂ ਮੈਂ ਸਮਝੋ ਆਖਰੀ ਆਈਟਮ ਹੈ ਨਾ ਜਿਹੜਾ ਅੱਜ ਅਸਾਂ ਗਿਨਣ ਵੇਂਦੇ ਪਏ ਹਾਂ। ਅੱਜ ਨਾ ਮੇਰਾ ਬਹੁਤ ਜ਼ਿਆਦਾ ਹੀ ਖਰਚਾ ਥੀ ਵਾਲਾ, ਤਨਜ਼ੀਲ ਹੀ ਰੈਡੀ ਹੈ। ਸਾਡੇ ਨਾਲ ਰਸੋ ਇਨਸ਼ਾਅੱਲਾ ਤੁਹਾਨੂੰ ਡਿਖੇ ਸੂੰ ਵੀ ਅਸਾਂ ਕਿਹੜੀ ਕਿਹੜੀ ਚੀਜ਼ ਕੀਤੀ ਹੈ, ਕਿਆ ਕਿਆ ਪਸੰਦ ਕੀਤਾ। ਲਾਸਟ ਆਈਟਮ ਤੁਹਾਨੂੰ ਦੱਸ ਦੇਵਾਂ ਕਿ ਉਹ ਫਰਨੀਚਰ ਦਾ ਸਮਾਨ ਹੈ ਨਾ ਜਿਹੜਾ ਰਹਿੰਦਾ ਪਿਆ। ਇੱਡੇ ਉੱਡੇ ਕਾਫੀ ਸਰਚ ਕੀਤਾ ਸੀ, ਲੇਕਿਨ ਸਾਗ ਪ੍ਰੋਪਰ ਕਿਤੇ ਹੀ ਨਜ਼ਰ ਨਹੀਂ ਆਇਆ, ਨਾ ਕੋਈ ਡਿਜ਼ਾਇਨ ਪਸੰਦ ਆਇਆ, ਨਾ ਰੇਟਸ ਪਸੰਦ ਆਏ। ਇੱਥੇ ਇਹ ਵਾਸਤੇ ਆਪਣੇ ਹੀ ਸ਼ਹਿਰ ਚੌਕ ਮੁੰਡਾ ਸਿਲੈਕਟ ਕਰਦੇ ਪਏ ਹਾਂ। ਇਨਸ਼ਾਅੱਲਾ ਅੱਜ ਆਰਡਰ ਦੇ ਆਸੂੰ ਰੈਡੀ ਹੋ ਸੀ, ਤਾਂ ਉਹੀ ਵੇਲੇ ਮਿਲ ਵੇ ਸੀ, ਨਹੀਂ ਤਾਂ ਤਿਆਰ ਸੀ ਹੋਣ ਵਿੱਚ ਕੁਝ ਦੀਵਾਰਾਂ ਲੱਗ ਸਕਦੀਆਂ। ਇਹਨਾਂ ਦੋਸਤਾਂ ਨੇ ਹਾਲ ਤੱਕ ਸਾਰੇ ਚੈਨਲ ਕੋਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਗਏ ਨਾ ਤਾਂ ਵੱਲ ਸ਼ੁਰੂ ਕਰਦੇ ਪਏ ਅੱਜ ਦਾ ਮਜ਼ੇਦਾਰ ਵਲੌਗ। ਜਿੱਲੂ ਚਲੋ, ਅੱਜ ਮੇਰੇ ਨਾਲ ਮੇਰੀ ਫੈਮਿਲੀ ਵੀ ਹੈ, ਕਿਉਂਕਿ ਇਹ ਫਾਈਨਲ ਡਿਸੀਜਨ ਫੈਮਿਲੀ ਦਾ ਹੀ ਆਉਂਦਾ ਇਹਨਾਂ ਚੀਜ਼ਾਂ ਦਾ ਨਾ। ਮੁਸ਼ਕਿਲ ਹੋ ਸੀ ਉਹਨਾਂ ਦੇ ਨਾਲ ਵਲੌਗ ਬਣਾਉਣਾ, ਲੇਕਿਨ ਕੋਸ਼ਿਸ਼ ਕਰਿਆ ਸਾਂ ਤੁਹਾਨੂੰ ਇਨ ਟੱਚ ਰੱਖਣ ਦੀ। ਚਲ ਮਾਰ ਚੱਲ। ਮਾਰ ਦੇ ਲਾ ਜ਼ੋਰ। ਬਸ ਸਾਰੇ ਦੇਖਣ ਵਾਲਿਆਂ ਕੋ ਨਾ ਅਸਾਂ ਐਜ਼ ਆ ਫੈਮਿਲੀ ਟ੍ਰੀਟ ਕਰਨੇ ਨਾ, ਅਸਾਂ ਸਮਝਦੇ ਹਾਂ ਕਿ ਇਹ ਸਾਰੀ ਫੈਮਿਲੀ ਹੈ। ਲੇਕਿਨ ਚੰਦ ਇੱਕ ਲੋਕ ਵਿੱਚ ਐਸੇ ਹਨ ਨਾ ਜਿਹੜੇ ਘਟੀਆ ਘਟੀਆ ਅਤੇ ਤਮੀਜ਼ ਦੇ ਦਾਇਰੇ ਤੋਂ ਬਾਹਰ ਕਮੈਂਟਸ ਕਰਦੇ ਨਾ, ਉਹਦੇ ਨਾਲ ਫਰਕ ਕੋਈ ਨਹੀਂ ਪਾਉਂਦਾ। ਮੈਂ ਕੋਈ ਫਰਕ ਪਿਆ ਮੇਰੀ ਸਿਹਤ 'ਤੇ? ਕੋਈ ਫਰਕ ਪਾਉਂਦਾ ਪਿਆ? ਨਹੀਂ ਪਾਉਂਦਾ ਪਿਆ ਕਈ ਦੀ ਸਿਹਤ 'ਤੇ, ਕੋਈ ਨਹੀਂ ਫਰਕ ਪਾਉਂਦਾ ਪਿਆ। ਲੇਕਿਨ ਯਾਰ ਇਹ ਆਪਣੇ ਜ਼ਰਫ ਜ਼ਮੀਰ ਦਾ ਮੁਜ਼ਾਹਰਾ ਕਰਨਾ ਲਾਜ਼ਮੀ ਨਹੀਂ ਹੁੰਦਾ, ਥੋੜ੍ਹਾ ਕੰਟਰੋਲ ਰੱਖਾ ਕਰੋ ਯਾਰ। ਜੋ ਮੰਮੀ ਹੋਣੀ ਦਾ ਪਤਾ ਕਰ ਯਾਰ, ਜਲਦੀ ਆਵੇ। ਸਾਡਾ ਇਹ ਸਮਾਨ ਸ਼ੂਟਿੰਗ ਦਾ ਪੀਆਰਾਂ ਦੇ ਵਿੱਚ ਇੱਕ ਪਿੱਛਾ ਰੱਖਦੇ ਹਾਂ। ਵੈਲਕਮ ਬੈਕ, ਅਸਾਂ ਪਹੁੰਚ ਆਏ ਨਾਦਰਾ ਆਫਿਸ ਜੀਤੂ ਤਨਜ਼ੀਲ ਦਾ ਚਾਵਣਾ ਬੇਫਰਮ ਇਵੇਂ ਬੇਫਰਮ ਚਾਗ ਨੂੰ ਬਾਅਦ ਮਿਲਦੇ ਹਾਂ। ਬੇਫਾਰਮ ਕਿੱਦਾਂ ਸੀ ਚਾਹ ਤਨਜ਼ੀਲ ਰਹਿਮਾਨ ਦਾ? ਹੈ ਓਕੇ ਬਈ, ਕਛੇ ਤਾਂ ਨਹੀਂ ਤੇਰਾ, ਤੇਰਾ ਕੰਮ ਮੁੱਕ ਗਿਆ ਨਾ? ਚੱਲ ਬਸ ਫਾਈਨਲੀ ਵਿਵਰ ਫਰਨੀਚਰ ਵਾਲੀ ਦੁਕਾਨ 'ਤੇ ਪਹੁੰਚ ਆਏ ਹਾਂ। ਇੱਥੋਂ ਅਸਾਂ ਫਰਨੀਚਰ ਪਸੰਦ ਕਰੇ ਸੀ ਸਾਰੇ ਨਾਲ ਹਨ, ਉੱਲੂ ਕਹੀਂ ਦਾ ਅੱਗੇ ਲੋਡ ਥੀਂਦਾ ਪਏ, ਅਤੇ ਜਿਹੜਾ ਡਿਸਾਈਡ ਕਰੇ ਸੀ ਉਹ ਤੁਹਾਨੂੰ ਡਿਸਾਈਡ ਸੀ ਇਨਸ਼ਾਅੱਲਾ ਸਰ ਨਾਲ ਨਾਲ ਰਸ ਤੁਹਾਨੂੰ ਕੋਈ ਡਿਜ਼ਾਇਨ ਫਿਲਹਾਲ ਪਸੰਦ ਆਉਂਦੇ ਪਏ, ਸਰਚਿੰਗ ਸਿਲੈਕਟਿੰਗ ਜਾਰੀ ਹੈ। ਫਾਈਨਲੀ ਵਿਵਰਸ ਤਕਰੀਬਨ ਇਹ ਵਾਲਾ ਡਿਜ਼ਾਇਨ ਨਾ ਸਿਲੈਕਟ ਕਰਕੇ ਦੱਸੇ, ਇਹ ਫਾਈਨਲ ਡਿਜ਼ਾਇਨ ਨਹੀਂ, ਇਹਦੇ ਵਿੱਚ ਥੋੜ੍ਹੀ ਬਹੁਤ ਤਬਦੀਲੀ ਥੀ ਸੀ, ਇਹਦੇ ਨਾਲ ਦਾ ਵੀ ਆ ਸਮਾਨ ਨਹੀਂ ਹੈ ਕਾਫੀ ਸਾਰਾ, ਅਤੇ ਬਿੱਲ ਰਾਊਂਡ ਅਬਾਊਟ 3 ਲੱਖ ਦੇ ਹੈ, ਬਹੁਤ ਜ਼ਿਆਦਾ ਜੀ ਮੈਂ ਸਮਝ ਜਿਤਨਾ ਸੋਚ ਕੇ ਆਇਆ ਸੀ ਉਹਦੇ ਤੋਂ ਡਬਲ ਖਰਚਾ ਸੀ ਗਿਆ। ਚਲੋ ਬਈ ਚੱਲੇ ਤਿਆਰ, ਕੋਈ ਨਹੀਂ ਤਿਆਰ ਮਤਲਬ ਇਹਨਾਂ ਕੋਲ ਇਹ ਤਾਂ ਕਰਦੇ ਸਨ 2-4 ਵਾਰ ਐਂਡ, ਲੇਕਿਨ ਅਸਾਂ ਸ਼ਾਦੀ ਦੇ ਨੇੜੇ ਆ ਕੇ ਚੈਸੋ, ਕਿਉਂਕਿ ਘਰ ਰੱਖਸੋਂ ਤਾਂ ਖਰਾਬ ਥੀ ਗਿਆ ਸੀ, ਸ਼ਾਦੀ ਦੇ ਨੇੜੇ ਚੈਸੋਂ ਡਾਇਰੈਕਟ ਇੱਕ ਸ਼ਿਫਟ ਕਰਦੇ ਸੂੰ ਥਾਈ। ਇਹ ਫਾਈਨਲ ਡਿਜ਼ਾਇਨ ਤੁਹਾਨੂੰ ਇਨਸ਼ਾਅੱਲਾ ਜਲ ਇੱਥੋਂ ਚਾਹ ਵੇ ਸੂੰ ਵਾਲੇ ਲਿਖੇ ਸੀ। ਅੰਮੀ ਹੋਣੀ ਕੋਲ ਆ ਰਹੀ ਤਾਂ ਸੀ ਸਾਹਮਣੇ ਬਾਜ਼ਾਰ ਆ ਲਓ, ਇੱਥੋਂ ਛੋਟਾ ਮੋਟਾ ਸਮਾਨ ਗਿਣ ਸਨ ਵੀ ਆ ਪੂਰਾ ਕਰਿਆ ਸਨ, ਅਤੇ ਜਿਹੜਾ ਮੋਟਾ ਮੋਟਾ ਸਮਾਨ ਆਈ ਨਾ ਉਹ ਤਕਰੀਬਨ ਅੱਜ ਫਾਈਨਲ ਠੀਕ ਹੈ। ਉੱਥਾਂ ਫਰਨੀਚਰ ਦੇ ਸ਼ੋਅਰੂਮ 'ਤੇ ਨਾ ਜ਼ਿਆਦਾ ਬੰਦਾ ਵੀਡੀਓ ਬੰਦਾ ਸ਼ੂਟ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਦਾ ਪ੍ਰਾਈਵੇਸੀ ਡਿਜ਼ਾਇਨ ਦਾ ਰੋਲਾ ਹੁੰਦਾ, ਡਿਜ਼ਾਇਨਸ ਦਾ ਮਸਲਾ ਹੁੰਦਾ ਵੀ ਉਹ ਲੀਕ ਥੀ ਹੁੰਦੇ ਸਾਰੇ ਡਿਜ਼ਾਇਨ ਨਾ, ਉੱਥੇ ਅਲਾਓ ਕਾ ਨਹੀਂ ਹੁੰਦਾ, ਇਹ ਵਾਸਤੇ ਬਹੁਤ ਜ਼ਿਆਦਾ ਸ਼ੋਰਟ ਮਤਲਬ ਉੱਥੇ ਕਲਿੱਪ ਹਨ। ਅਤੇ ਸੋਰੀ ਫਾਈਨਲ ਜਿਹੜਾ ਡਿਜ਼ਾਇਨ ਤੁਹਾਨੂੰ ਦਿਖਾਇਆ ਸੀ ਨਾ, ਉਹਦੇ ਵਿੱਚ ਕਾਫੀ ਤਬਦੀਲੀਆਂ ਥੀਆਂ, ਮਤਲਬ ਜਿਵੇਂ ਸਭ ਕੁਝ ਚਾਹੀਦਾ ਸੀ ਉਂਝ ਨਾ ਹੀ ਉਹਨਾਂ ਕੋਲ ਇੰਸਟਰਕਸ਼ਨਸ ਦੇ ਦਿੱਤੀਆਂ, ਉਹਨਾਂ ਉਹ ਤਿਆਰ ਕਰਕੇ ਦੇ ਸਨ ਨਾ ਸਭ ਕੁਝ, ਜਿਹੜਾ ਫਾਈਨਲ ਡਿਜ਼ਾਇਨ ਉਹ ਸੀ
او جلے اسا چے سوں نہ کو ریسیو کرے سوں انشاءاللہ تا کو لکھے سوں اسا ہن کہیں جا تے بیٹھ کے انتظار کرنے وہ آوے نہ تے وات انشاءاللہ گھر جل سوں تنزیل تے میں آ گیا نا گلا منڈی ایسا کو ریسٹ ایریا دے تو بیسٹ کوئی نہیں لگ اتھا بیٹھ کے کل والی ویڈیو بھی اپلوڈ کر گندے ہیں تے ریسٹ ہی کر گندے اتنی دیر جمیاں فری تھی ویسے انہاں کو چاہندے تے وات گھر ویلکم بیک شاپنگ تقریباً مکا کے دن ہے تنزیل تے نیندر گٹی ہے تے بس ہوں انہوں نے انتظار ہے آئے بیٹھے ہیں بازار یوں ہی گھر والے واپس آنے بس نکلتے پے سیدھا گھر جل کے مل سو فائنلی ریچڈ بیک ہوم آج دے ولاگ دے اتھے اینڈ کرندے پے ویڈیو پسند آوے تے لائک شیئر کمنٹ لازمی کرے سو تے چینل کو سبسکرائب ضرور کرے سو اللہ حافظ